लौंग केसर गुलाब आला कहते 20 लाख आली बाइक फिर तो स्वागत है जी तुहाडा तुहाडे अपने चैनल हरमन खोसा विच। सो अज आला ब्लॉग आपां शुरू ते कर लिया पर ये आला ब्लॉग मैनू पता हैगा धमाकेदार क्योंकि अज आप चले चंडीगढ़ बेबे नूं हाले पता नहीं अज पटाखे पैने तारा भी आउंदा पिया। सो बेबे बाहर ही बैठे तारे नूं आप बाहर चों लैके आना ते आप बेबे दे रिएक्शन वेखदे आं जदों हाले बेबे नूं दस्या नहीं मम्मी नूं पता है बेबे नूं नहीं पता हले। सो बेबे उहनां दे रिएक्शन वेखदे आं की हुंदे आ। सो तारा भी पहुंचण वाला सो चलो आओ फिर चलदे बाहर। किवें तैयार जाया फिरदा? ਸਤਿ ਸ੍ਰੀ ਅਕਾਲ ਜੀ। ਕਾਹਦੇ ਸਤਿ ਸ੍ਰੀ ਅਕਾਲ? ਕੀ ਤਿਆਰ ਜਾਇਆ ਫਿਰਦਾ? ਉਹ ਤਨਵੀਰ ਨੂੰ ਲੈਣ ਚੱਲਿਆ ਹੁਣ ਇੱਕ ਮਿੰਟ ਰੁਕੋ ਮੇਰਾ ਬ੍ਰਦਰ ਆਇਆ ਬਾਹਰ ਖੜਾ। ਚੱਲਦੇ ਫਿਰਦੇ ਹੋ ਜਾਾਂਗੇ ਦੋ ਝੋਲੇ ਨੇ ਫੱਕਰਾਂ ਦੇ। ਬੇਬੇ ਤੂੰ ਨੇੜੇ ਹੋ ਗਿਆ ਤੇ ਇਹ ਨਹੀਂ ਕਿਤੇ ਟਿਕਣ ਦਾ ਸਕਰ ਮੋੜ ਕੱਢਿਆ ਤੁਹਾਨੂੰ। ਹਾਂ ਰੋਈ ਬੇਬੇ ਚੱਲ ਕੇ ਜਲਦੀ ਜਾ ਰੋਈ ਬੇਬੇ ਬੇਬੇ ਚੱਲ ਕੇ ਜਲਦੀ ਜਾ ਇਹ ਨਹੀਂ ਝੋਲੇ ਫੜ ਕੇ ਆ ਜਾਂਦਾ ਰੋਈ ਦਿਹਾੜੀ। ਬੇਬੇ ਪਤਾ ਕਿੱਥੇ ਚੱਲਿਆ? बेबे इन्हे भेजा मेनू ये कहिंदा आपां चलदे अज चंडीगढ़। बेबे नूं नाल लै जांगी यार मैं की लूती ला दी काम चले चंडीगढ़ जाना वैसे जाना ही शुक्रवार जाना ही उदन वापस आ जाना ये कहिंदा अज जाना वा आपां मैनू पता जिहड़ा तू वापस आना हाँ तो आपदा तू मुड़दा नहीं जाके चंडीगढ़ जो कोई काम धंधा होवे तां वी आ प्रमोशन करके आनी जाके अगले दिन उथे पहुंच के विजिट करके करांगे हाई कोर्ट तो परमिशन ले लिया फिर दुपहरे भी आ चाके सी डी सो बेबे आंदर बैठी नू कौन आंदा कौन नहीं बेबे चलिए फिर चंडीगढ़ पहला कि आप चंडीगढ़ तो फ्लैट थ्री बी टू भी जाना थ्री बी टू भी जाना अरोमा ते भी जाके आना कपड़े आवे हाँ किट च लोहरी पाने कोई चीज नहीं।
ਜੋ ਉੱਥੇ ਰੋਮਾ ਤੇ ਵੀ ਕਿਹੜੀ ਰੂਟ ਲਾਉਣਾ ਵਾ ਉੱਥੇ ਰੋਮਾ ਸੀਬੀਟੀ ਵਾਲ ਜਾਣਾ ਸਟਾਰਬਕ ਗਿਆ ਨਾ ਕਿ ਹਾਂ ਸਟਾਰਬਕ ना ना मैया भी चंडीगढ़ ही जान गया छोटा हाथी वाले ला फोन ओही कहना ना ना उत्थे उन्ने दिन उत्थे जिहड़े हैगे नहीं कि गुजरा गुजरा नूं दे दांगे उन्ने दिन गुजरा नूं दे दांगे उन्ने दिन मैया लै जाने नाल ਬਾਪੂ ਵਿਚਾਰਾ ਭਾਏ ਤਾਂ ਬਾਪੂ ਨੇ ਕਹਿਣਾ ਮੈਨੂੰ ਘਰੇ ਹੀ ਛੱਡ ਜਾਓ ਤੇ ਬਾਪੂ ਨੂੰ ਰੋਟੀ ਖਾਣ ਪਕਾ ਕੇ ਖਵਾਉਗਾ ਤੇ ਤੁਸੀਂ ਤਾਂ ਹੀ ਤਾਂ ਤੁਹਾਨੂੰ ਕਿ ਘਰੇ ਰੱਖਾਂਗੇ ਆਪੇ ਤਾਂ ਬੇਬੇ ਬਦਲ ਕੇ ਆਣਾ ਪਿਆ ਜੇ ਉੱਥੇ ਗੁਜਰਾਂ ਨੂੰ ਦੇ ਦਾਂਗੇ ਮੱਝਾਂ ਤੂੰ ਉਹਨਾਂ ਚਿਰ ਚੱਲ ਉੱਥੇ ਰਹਿ ਤੀ ਘਰ ਨਹੀਂ ਸਾਂਭਣਾ ਤੇ ਘਰ ਬਾਪੂ ਹੈਗਾ ਬਾਪੂ ਕੈਪਟਨ ਡੀਪਨ ਲਵਾ ਦਿਓ ਬਾਪੂ ਨੂੰ ਹਾਂ ਹੋ ਤੇ ਮੈਂ ਵੀ ਚੱਲਦੀ ਨਾਲ ਤੇ ਫਿਰ ਗੱਡੀ ਟਾਪੜੇ ਨਹੀਂ ਭਰਗੀ ਜੇ ਕੋਈ ਹੋਰ ਪਾਈ ਅਸੀਂ ਰਹਿ ਨਹੀਂ ਦਿੰਨੇ ਜਾਣ ਨੂੰ ਮੈਨੂੰ ਤੁਸੀਂ ਰੌਲਾ ਹੀ ਪਾਉਣਾ ਹੁੰਦਾ ਕਿਤੇ ਵੀ ਜਾਣਾ ਹੋਵੇ ਨਾ ਰੌਲਾ ਪਾ ਕੇ ਬਹਿ ਜਾਣਗੇ ਆਪਦਾ रोटी पानी बना लो बस खवा लो अर्ग ना नी जी करता घूमना फिर नीली रावि की कट्टी गड्डी सोनी आवे हैना मैं ना कपड़े ला देने ला दे पा गट्टी छड़ पा के ते भज्जा फिर हां असि कत्ते ने पा ले पा ले बंदा कहंदा पुत नहीं नहीं कोई ना तू जा नहीं पुत चंडीगढ़ नहीं रोज जाना चंडीगढ़ की लेन जाना चल बेबे तू ही भी नाल ही जाना हुंदा लेट हो ही जाने ते जाओ फिर जाने आ सामान प्यार रहन जो भज जो ਸਮਾਨ ਕਾ ਵੇਟਰ ਨੇ ਕੁੱਲੀ ਨੇ ਚੱਕ ਕੇ ਲਿਆਉਣਾ ਹੈ ਹਾਂ ਸਾਰੇ ਚੱਲੀਏ ਫਿਰ ਇਹਨਾਂ ਦਾ ਵੀ ਆ ਹੀ ਸਿਸਟਮ ਚੱਲਦਾ ਰਹਿਣਾ ਵਾ ਜਿੱਥੇ ਮਰਜ਼ੀ ਜਾਣਾ ਹੋਵੇ ਚੱਲ ਕੋਈ ਨਹੀਂ ਇਹਨਾਂ ਨੇ ਹੁਣ ਨਾਲ ਜਾਣਾ ਨਾ ਚਲੋ ਆਸ਼ੀਰਵਾਦ ਦਿਓ ਚਲ ਠੀਕ ਆ ਵੀ ਧੰਨਵਾਦ ਧੰਨਵਾਦ ਸੁਖਾਂ ਨਾ ਜਾਜ ਸੁਖ ਸਾਧ ਨਾ ਆਇਆ ਜੂ ਬਸ ਮੰਮੀ ਤੁਸੀਂ ਆਸ਼ੀਰਵਾਦ ਦੇ ਦਿਓ ਚਲ ਠੀਕ ਹੈ ਨਹੀਂ ਮੈਂ ਤਾਂ ਨਹੀਂ ਦੇਣਾ ਕੀ ਗੱਲ ਮੈਨੂੰ ਤਾਂ ਲੈ ਕੇ ਨਹੀਂ ਆਉਂਦੇ ਗਏ ਹਾਂ ਅਸੀਂ ਤਾਂ ਦੇ ਨਾਲ ਹੀ ਲੈ ਚਲੋ ਠੀਕ ਆ ਚਲੋ ਚੰਗਾ ਡੈਡੀ ਮੱਝਾਂ ਵੇਚ ਹੀ ਦੇਣੀਆਂ ਕੋਈ ਨਹੀਂ ਡੇਰੀ ਤੋਂ ਲਵਾ ਲਈ ਨਹੀਂ ਨਹੀਂ ਦੁੱਧ ਸਵਾਦ ਲੱਗਦਾ ਹੋਰ ਤਾਂ ਕੋਈ ਨਹੀਂ ਰੋਲਾ ਪਾਉਂਦਾ ਤੂੰ ਵੀ ਕੰਨਾ ਰੋਲਾ ਪਾ ਚਲੋ ਠੀਕ ਆ ਜੀ ਮਾਫ ਕਰੋ ਸਾਨੂੰ ਅਸੀਂ ਚੱਲੀਏ ਆਸ਼ੀਰਵਾਦ ਦੇ ਦੇਈ ਦੰਦਾ ਚੱਲ ਤਾਰੇ ਤੁਸੀਂ ਜਾਣਾ ਚੰਡੀਗੜ੍ਹ ਕਿ ਨਹੀਂ ਬੇਬੇ ਕਹਿੰਦੀ ਮੈਂ ਲਾਂਟੇ ਵੀ ਘੁੰਮਣਾ 3B2 ਵੀ ਘੁੰਮਣਾ ਅਰੋਮਾ ਵੀ ਜਾਣਾ ਸਟਾਰਬਕ ਵੀ ਜਾਣਾ ਸ਼ਾਪਿੰਗ ਵੀ ਕਰਨੀ ਆ ਦੇਖ ਰਿਹਾ ਜਿੱਥੇ ਜਿੱਥੇ ਜੀ ਗਿਆ ਤੁਹਾਨੂੰ ਕੋਈ ਫਿਕਰ ਨਹੀਂ ਆਪਦੀ ਵਾਈਫ ਦੀ ਓਕੇ ਬਾਏ ਚਲੋ ਠੀਕ ਹੈ ਓਕੇ ਬਾਏ ਲਵ ਯੂ ਟੇਕ ਕੇਅਰ ਭਾਈ ਸਪੀਕਰ ਵਾਲਿਆ ਕੋਈ ਗਾਣਾ ਨਵਾਂ ਸੁਣਾ ਚਲੋ ਗਾਣੇ ਆਪਾਂ ਚੰਡੀਗੜ੍ਹ ਜਾ ਕੇ ਸੁਣਨੇ ਹਣ ਸੁਣੀ ਜੋ ਤੁਸੀਂ ਸੁਣਨੇ ਅਸੀਂ ਥੋੜਾ ਸੁਣਨੇ ਆ ਤੁਸੀਂ ਨੋਵਾ ਦੇ ਸੁਣਿਓ ਅਸੀਂ ਓਕੇ ਬਾਏ ਚਲੋ ਠੀਕ ਹੈ ਬਹੁਤ ਲੇਟ ਹੋ ਗਏ ਚੱਲ ਤਾਰੇ ਲਓ ਵੀ ਮਿੱਤਰੋ ਗੱਡੀ 'ਚ ਹੋ ਚੁੱਕੇ ਸਵਾਰ ਤੇ ਗੱਡੀ ਦਾ ਮੂੰਹ ਕਰਤਾ ਆਪਾਂ ਚੰਡੀਗੜ੍ਹ ਨੂੰ ਹੁਣ ਨੌਨ ਸਟਾਪ ਗੱਡੀ ਜਾਣੀ ਆ ਸਲੈਂਸਰ ਵੀ ਹੌਲੀ ਹੌਲੀ ਹੁੰਦਾ ਜਾਣਾ ਨਾਲ ਵਿੱਚ ਤੇ ਆਪਾਂ ਛੱਟਣੀਆਂ ਆਹੀਂ 26 ਇੰਚ ਲਾਈ ਪਾਤੇ ਕਰਦਿਆਂ ਨੇ ਗੱਡੀ ਨੂੰ ਸਪੈਸ਼ਲ ਸਾਨੂੰ ਮੋਡੀਫਾਈ ਕਰਕੇ ਤੋਂ ਕਰਕੇ ਸਾਨੂੰ ਤੋੜਦਾ ਦੋਵਾਂ ਨੂੰ ਥਾਪੀ ਦੇ ਕੇ ਦੋ ਸਰਵਿਸ ਵੀ ਸਾਲ ਦੀ ਗੱਡੀ ਕਰਤੀ ਤੇ ਹੁਣ ਤੇ ਜੇ 2 ਮਿੰਟ ਹੋਰ ਖੜੇ ਰਹਿੰਦੇ ਤਾਂ ਰੀਚਾਰਜ ਵੀ ਹੋ ਜਾਣਾ ਮੋਬਾਈਲਾਂ ਦੇ ਨੈਟ ਪੈਕ ਪਾ ਦੇਣੇ ਤੇ ਮਿੱਤਰੋ ਹੁਣ ਆਪਾਂ ਚੰਡੀਗੜ੍ਹ ਦੀਆਂ ਰੌਣਕਾਂ ਦਿਖਾਵਾਂਗੇ ਜਿਹੜੀ ਆਪਾਂ ਚੰਡੀਗੜ੍ਹ ਜਾ ਕੇ ਖੱਪ ਖੁੱਪ ਪਾਈਦੀ ਆ ਘੁੰਮਿੰਦਾ ਫਿਰੀਦਾ ਜਿਹਦੇ ਕਰਕੇ ਸਾਡੇ ਘਰ ਦੇ ਦੁਖੀ ਆ ਉਹ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਕੀ ਤੁਸੀਂ ਸਾਡੇ ਨਾਲ ਐਂ ਬਣੇ ਰਹੋ ਜੇ ਐਂ ਜੁੜੇ ਰਹੋ ਤੇ ਸਕਿਪ ਨਾ ਕਰਿਓ ਕੁਝ ਵੀ ਬਸ ਐਂ ਵੇਖੀ ਤੁਹਾਨੂੰ ਮੈਂ ਕਹਿੰਦਾ ਨਜ਼ਾਰਾ ਲਿਆ ਦੇਣਾ ਹੀ ਹਾਟਾ ਟਾਉਣਾ ਵੇਖੀ ਚੱਲੇ ਨੇ ਸ਼ਿਕਾਰ ਸ਼ਿਕਾਰ ਪਾਉਣੇ ਅਸੀਂ ਤੇ ਚੱਲੋ ਫਿਰ ਤੇ ਜਿਹੜੀਆਂ ਪੌੜੀਆਂ ਨਹੀਂ ਹੁੰਦੀਆਂ ਉਹਦੇ ਤੇ ਲੈਟ ਆਉਣਾ ਵੇਖੀ ਚੱਲੇ ਉਹਦੇ ਜਾਈ ਬਾਕੀ ਤੁਹਾਡੇ ਸਾਹਮਣੇ ਬੱਖੀਆਂ ਆਈਆਂ ਤੁਹਾਡੀਆਂ ਐਦਾਂ ਕਰਨ ਲਾ ਲਈਆਂ ਕਦੇ ਤਾਂ ਕਦੇ ਠਾਂ ਹੋ ਸਕਦਾ ਤੁਹਾਨੂੰ ਨਾ ਕੋਈ ਜਿਹੜਾ ਬੱਤਾ ਵੀ ਪੀਣਾ ਪਵੇ ਨਾਲ ਰੱਖਣੇ ਪੈਣੇ ਬਈ ਲੈ ਕੇ ਰੱਖੇ ਜੇ ਨਾਲ ਝਲਕ ਜੀ ਵੇਖ ਲਿਓ ਅਗਲੇ ਬੰਨੇ ਤੇ ਬੱਤਾ ਨਾਲ ਲੈ ਕੇ ਰੱਖੇ ਜੀਰੋ ਚੈੱਕ ਕਰ ਲਈ ਸੀ ਆਪਾਂ ਜੀਰੋ ਬਾਈ ਬਹੁਤ ਸੋਹਣੀ ਸੀਗੀ ਵੀਰੇ ਜੀਰੋ ਬਹੁਤ ਸੋਹਣੀ ਸੀਗੀ ਓਕੇ ਜੀ ਕਰਾਂਗੇ ਟੀਸੀ ਤੱਕ ਭਰ ਦਿਓ ਹੈ ਟੋਜਨ ਮੁਕਾਬਲੇ ਕਰਾ ਦੇਣੇ ਆਪਾਂ ਦੋਵਾਂ ਕੁਲਚਿਆਂ ਦੇ ਰਿਪੋਰਟ ਕਰਾ ਦੇਣੀ ਆ ਆ ਜੀ ਆਜੋ ਜਿੰਨੇ ਜਿੰਨੇ ਖਾਣੇ ਆ ਤਾਰੇ ਕਰ ਦਿਓ ਕਰਾਂ ਦੀ ਸਾਈਡ ਤੇ
ਸਤਿ ਸ੍ਰੀ ਅਕਾਲ ਜੀ ਧਿਆਨ ਨਾ ਮਾਮਾ ਕਿਤੇ ਪਿੱਛੇ ਨਾ ਛੱਡੀ ਜਾ ਕੇ ਨੰਘ ਜੂ ਲੈ ਵੀ ਤਾਰਿਆ ਫਾਟਕ ਲੱਗਾ ਪਿਆ ਤੇ ਸਾਰੇ ਜਾਣੇ ਸਮਝ ਹੀ ਗਏ ਹੋਣੇ ਕਿ ਕਿੱਥੇ ਪਹੁੰਚ ਗਏ ਆਪਾਂ ਦਰਾਹੇ ਵਾਲੇ ਫਾਟਕਾਂ ਦੇ ਕੋਟਕਪੂਰੇ ਵਾਲਾ ਕਹਿਣ ਲੱਗਾ ਸੀ ਨੰਬਰ ਜਾਣਾ ਚਲੋ ਤੁਸੀਂ ਜਾ ਸਕਦੇ ਚਲੋ ਜਾਓ ਤੁਸੀਂ ਮੈਂ ਕਰਾਉਣਾ ਕਿਹੜਾ ਲਓ ਵੀ ਇੱਧਰ ਭਰਾ ਹੋਣਾ ਨੇ ਕਹਿੰਦੇ ਸਾਵੇ ਕਰਤੇ ਰੈਡੀ ਤੇ ਭਰਾ ਹੋਣੀ ਕਹਿੰਦੇ ਫਰੈਸ਼ ਬਣਾ ਕੇ ਦੇਣਾ ਹੈ ਵੀਰੇ ਹੋਰ ਕੀ ਵੀਰੇ ਚਾਹ ਬਣਾ ਕੇ ਚੰਡੀਗੜ੍ਹ ਛਾਕੇ ਜੀ ਛਾਕੇ ਸਾਵੇ ਛਾਕੇ ਇੱਧਰ ਆਇਓ ਆਇਓ ਫ੍ਰੀ ਆ ਕਾਰ ਸੇਵਾ ਆਇਓ ਫ੍ਰੀ ਕਾਰ ਸੇਵਾ ਕਾਰ ਸੇਵਾ ਕਾਰ ਸੇਵਾ ਲਓ ਵੀ ਮਿੱਤਰੋ ਟਾਈਮ ਹੋ ਗਿਆ ਪੌਣੇ ਇੱਕ ਵੱਜ ਗਏ ਆ ਤੇ ਪਧਾਰ ਚੁੱਕੇ ਆ ਚੰਡੀਗੜ੍ਹ ਸ਼ਹਿਰ ਇੱਧਰ ਬਲਰ ਹੋਈ ਜਾਂਦਾ ਵੀਰ ਜੀ ਟਾਇਰ ਘਸਣੇ ਨਹੀਂ ਚਾਹੀਦੇ ਇਹਦੇ ਮੈਂ ਦੱਸਤਾ ਨਹੀਂ ਤੇ ਟੈਕਸ ਪੈ ਜਾਣਾ ਹੀ ਬਦਲਾ ਦਾਂਗੇ ਆਪਾਂ ਲਓ ਵੀ ਤਾਰਾ ਜੀ ਨੂੰ ਕਹਿੰਦੇ ਨੀਂਦ ਆਈ ਜਾਂਦੀ ਆ ਇੱਥੇ ਆਪਾਂ ਹਯਾਤ ਰੈਜੈਂਸੀ 'ਚ ਅੱਜ ਸਟੇਅ ਕਰਨਾ ਤੇ ਰੂਮ ਟੂਰ ਦਿਖਾ ਦਈਏ ਸਾਰਿਆਂ ਨੂੰ ਮਾਮਾ ਰੱਖਦੇ ਹਨ ਆਹ ਸਾਡੀ ਕਿਚਨ ਇਹ ਖੁੱਲੀ ਹਵਾਦਾਰ ਤੇ ਇੱਧਰ ਆ ਗਿਆ ਪਲੇ ਸਟੇਸ਼ਨ ਤੇ ਇੱਧਰ ਆ ਗਿਆ ਆਪਣਾ ਵਾਸ਼ਰੂਮ ਦਿਨ ਦੀ ਸ਼ੁਰੂਆਤ ਤੇ ਗੁਰਦੁਆਰਾ ਰਾਮ ਸਾਹਿਬ ਆਏ ਸੀ ਭਾਜੀ ਤਾਰੇ ਹੋਣੀ ਕਹਿੰਦੇ ਕਟਾਣੀ ਤੇ ਆਉਣਾ ਤੇ ਮਿਸਕ ਖਾਣੇ ਮਿਸਕ ਪਰੌਂਠੇ ਹੈ ਤਾਰਾ ਜੀ ਕੀ ਕੀ ਖਾ ਰਹੇ ਹੋ ਦਹੀਂ ਮੇਲ ਆ ਕੇ ਫੀਮੇਲ ਆ ਚੱਲ ਕਾਲਾ ਮਾਮਾ ਆਪਣੇ ਤਾਰਾ ਜੀ ਨੇ ਰੋਟੀਆਂ ਜਾਤੀਆਂ ਖਾ ਲੀਆਂ ਪਰੌਂਠੇ ਤੇ ਹੁਣ ਹੁਣ ਕਹਿੰਦਾ ਮੈਂ ਵਾਕ ਕਰਨੀ ਆ ਮਾਰਨਿੰਗ ਵਾਕ 12 ਵਜੇ ਹੈ ਤਾਰੇ ਕਹਿੰਦਾ ਹੁਣ ਯੋਗਾ ਵੀ ਕਰਨੀ ਕਹਿੰਦਾ ਹੁਣ ਕੁਝ ਹੁੰਦਾ ਢਾਡੀ ਚ ਪੀਟ ਨਿਕਲਦੀ ਆ ਲਓ ਮਿੱਤਰੋ ਚੰਡੀਗੜ੍ਹ ਪਹੁੰਚਦੇ ਸਰ ਗੁੱਡ ਮਾਰਨਿੰਗ ਹੋ ਚੁੱਕੀ ਤੇ ਤਾਰੇ ਹੋਣੀ ਕਹਿੰਦੇ ਹਲੇ ਪੈਂਟ ਹੀ ਸੂਤ ਕਰੀ ਜਾਂਦੇ ਆ ਸੋ ਸੁਬਾ ਬ੍ਰੇਕਫਾਸਟ ਕਰ ਲਾ ਅਸੀਂ ਕਟਾਣੀ ਦੇ ਤੇ ਤਾਰਾ ਕਹਿੰਦਾ ਜੋ ਮਰਜ਼ੀ ਹੋਵੇ ਐਂ ਤਾਂ ਕੁੱਕ ਵੀ ਹੈਗਾ ਈ ਤੇ ਤਾਰਾ ਕਹਿੰਦਾ ਮੈਂ ਕਟਾਣੀ ਦੇ ਖਾ ਕੇ ਆਉਣਾ ਕਹਿੰਦਾ ਕਟਾਣੀ ਵਾਲਿਆਂ ਦੇ ਪਰੌਂਠੇ ਖਾਣੇ ਆ ਤੇ ਹੁਣ ਤਿਆਰ ਸ਼ਿਆਰ ਹੋ ਗਏ ਆ ਮਾਮਾ ਪੈਂਟ ਪਾ ਲਾ ਜਲਦੀ ਤੇਰਾ ਸੂਟ ਹੀ ਨਹੀਂ ਆਉਣਾ ਪਿਆ ਤੇ ਹੁਣ ਆਪਾਂ ਜਾਣਾ ਸੈਕਟਰ 17 ਜਾਣਾ 11 ਲਾਉਣੇ ਗੇੜੇ ਤੇ ਖਾਣੇ ਸਮੋਸੇ ਤੇ ਉੱਥੇ ਜਾ ਕੇ ਤੁਹਾਨੂੰ ਸੈਕਟਰ 17 ਦੀਆਂ ਰੌਣਕਾਂ ਦਿਖਾਉਣੇ ਆ ਆਪਾਂ ਕੰਮ ਚੱਲੇ ਆ ਫਿਲਹਾਲ ਤੇ ਇੱਧਰ ਤੁਹਾਨੂੰ ਜਾ ਕੇ ਦਿਖਾਵਾਂਗੇ ਕੀ ਕੰਮ ਚੱਲੇ ਤੇ ਤੁਸੀਂ ਦੇਖਿਓ ਤੇ ਦੇਖ ਕੇ ਸਾਨੂੰ ਦੱਸਿਓ ਕਮੈਂਟ ਕਰਿਓ ਹੈਰਾਨ ਹੀ ਹੋਈ ਜਾਇਓ ਬਸ ਤੁਸੀਂ ਓਕੇ ਬਾਏ ਲਵ ਯੂ ਗਾਇਸ ਤਾਰਾ ਜੀ ਹੁਣੇ ਕਹਿ ਰਹੇ ਆ ਕਿ ਸ਼ਰਟਾਂ ਲੈਣੀਆਂ ਆ ਕਹਿੰਦਾ ਸ਼ਰਟਾਂ ਖਰੀਦਦਾ ਮੈਂ ਰਹਿ ਆ ਨਾ ਪਾ ਭਰਾ ਲੈਂਦੇ ਆ ਤਾਰੇ ਕਿਵੇਂ ਤੇ ਇਹਦੇ ਕੱਪੜੇ ਇਹਦੇ ਭਰਾਵਾਂ ਦੇ ਆ ਜਾਂਦੇ ਆ ਜਿਹੜੇ ਉਹਨਾਂ ਦੇ ਉਹ ਇਹਦੇ ਆਉਂਦੇ ਨੀ ਵਿਚਾਰੇ ਦੇ ਇਹੀ ਤੇ ਚੱਕਰ ਆ ਨਾ ਕਹਿੰਦੇ ਮੇਰੇ ਵੀਰੇ ਉਹ ਸੈਕਟਰ 17 ਇਹ ਤੇ ਵੀਰੇ ਵੱਲੋਂ ਸਮੋਸਿਆਂ ਦੀ ਸੇਵਾ ਭਾਜੀ ਸਮੋਸਿਆਂ ਨਾਲ ਮਾਨ ਸਨਮਾਨ ਕੀਤਾ ਵੀਰੇ ਨੇ ਚਲੋ ਵੀਰੇ ਕਰੀਏ ਸ਼ੁਰੂ ਕਰੇਂਗੇ ਸ਼ੁਰੂ ਕਰ ਲਓ ਵੀ ਕਹਿੰਦੇ ਸਮੋਸੇ ਫਰਾਈ ਕਰਨ ਤੋਂ ਬਾਅਦ ਕਹਿੰਦੇ ਹੁਣ ਪੌਪਕੋਰਨ ਇੱਕ ਗੁਣੇ ਉਹਨਾਂ ਦਾ ਦਿਲ ਆ ਉਹਨਾਂ ਨੇ ਆਪਦਾ ਦਿਲ ਦਿੱਤਾ ਤੈਨੂੰ ਇਹ ਦਿਖਾ ਵਿੱਚ ਦਿਖਾਈਏ ਸਾਰਿਆਂ ਨੂੰ ਕੀ ਆ ਲਓ ਵੀ ਮਸਾਲਾ ਫਰਾਈ ਵਿਦ ਸੈਕਟਰ 17 ਜਾਣਾ 11 ਤੇ ਜਾਣਾ ਤੇ ਬਿੱਠਾਂ ਵਾਲੇ ਬੈਂਚ ਤੇ ਅਸੀਂ ਬੈਠੇ ਆ ਕਿਤਨੇ 100 ਰੁਪਏ ਮੈਂ ਗੁਲਬੜੀ ਦਾ ਕਿਵੇਂ ਪਾਉਣੀ ਤੁਸੀਂ
ਜਾ ਭੁੱਲੀ ਨਹੀਂ ਤਾਰੇ ਤੋਂ ਬੋਲ ਭਲੇ ਨੇ ਭੁੱਲੇ ਰਹਿਣ ਦੇ ਆ ਤੂੰ ਬੜੇ ਪਿਆਰੇ ਆ ਅੰਕਲ ਲੋ ਜੀ ਭੈਣ ਹੋਣੀ ਮਿਲੇ ਸੀ ਹੋਰ ਵੀਰੇ ਕੀ ਹਾਲ ਚਾਲ ਠੀਕ ਠਾਕ ਹੋ ਭੈਣੇ ਹਾਂਜੀ ਵੀਰੋ ਨਹੀਂ ਕੋਈ ਨਹੀਂ ਅਸੀਂ ਘਰੇ ਵੀ ਆਉਨੇ ਸੀ ਕੈਨੇਡਾ ਬੈਠੇ ਵੇਖਦੇ ਆ ਸੋ ਬਹੁਤ ਖੁਸ਼ੀ ਹੁੰਦੀ ਜਦ ਕਿ ਮੈਂ ਤੁਸੀਂ ਨਾ ਆਂਟੀ ਜੀ ਚੌਲ ਬੜੇ ਸਵਾਦ ਬਣਦੇ ਆ ਨਮਕੀਨ ਨਹੀਂ ਬਣਾ ਕੇ ਕੁਝ ਨਹੀਂ ਖਵਾਉਣਾ ਸੀ ਬਣਾ ਕੇ ਰੱਖਿਓ ਤੇ ਪੀਣ ਦਾ ਫਾਇਦਾ ਹੋਊਗਾ ਮੈਂ ਦੱਸ ਦੋ ਕੀ ਖਾਣਾ ਉਹ ਸਾਰਾ ਉਹ ਸਨੋਵਰ ਗੱਗੂ ਰਿਆ ਗੱਗੂ ਰਿਆਣਾ ਸਨੋਵਰ ਆਖੇ ਨਹੀਂ ਲੱਗਦਾ ਪਿਆ चल भी रात की चाह है बंदे वाहवा जाने उस हिसाब से हां जी वीर जी केड़ा दूध पियोगे तुम लौंग वाला इलायची वाला केसर गुलाब वाला तारे तेरी खूबसूरती का राज की है अच्छा दूध ठीक है बंदे वाहवा हो पे गिलास ले दूजी बारी फिर मिलना ये वीडियो वाला ठीक है जी ओके वीरे आ भरा दा कल व्याह आ प्री वेडिंग वास्ते कुर्ते भी हमें टंगे पे लो भी तारे होनी कहिंदे राइड लैनी हार ले दे तारे नू चाबी नहीं लगदी भाई मोटरसाइकिल ते बह जान गे इधर साडे काम वेख लो तारा जी दे ਤੌਲੀਆਂ ਸੁੱਕਣੇ ਪਾਇਆ ਸੀ ਤੇ ਮੀਂਹ ਪਈ ਜਾਂਦਾ ਚੇਤਾ ਕਹਿਣ ਨੂੰ ਨੀ ਆ ਤੂੰ ਇਹ ਸਾਡੇ ਬੰਦੇ ਕੈਨੇਡਾ ਜਾ ਕੇ ਕਰਨਗੇ ਤਰੱਕੀਆਂ ਭਰਾਵਾ ਨਹਾਉਣਾ ਤਾਂ 6 ਮਹੀਨਿਆਂ ਬਾਅਦ ਹੁੰਦਾ ਤੇ ਮੂੰਹ ਤਾਂ ਚੱਜ ਨਾਲ ਧੋਲਿਆ ਕਰ ਆ ਇੰਨਾ ਮਹਿੰਗਾ ਫੇਸ ਵਾਸ਼ ਲੈ ਕੇ ਉਹਨਾਂ ਧੋਲੇ ਵੀ ਕਈ ਹਨ ਚੱਜ ਭਰਾਵਾ ਹੁਣ ਫੇਸ ਵਾਸ਼ ਜੇ ਲਾਉਣਾ ਤੇ ਤਾਂ ਮਲੇ ਥੋੜਾ ਬਾਕੀ ਲੈ ਗਿਆ ਕਿ ਲੱਗਾ ਹਾਂ ਜੇ ਲੱਗਾ ਤਾਂ ਤੇ ਤੈਨੂੰ ਕਿਹਾ ਮੂੰਹ ਤਾਂ ਚੱਜ ਨਾਲ ਧੋਲਿਆ ਕਰ ਮੇਰਾ ਵੀਰ ਤਾਰੇ ਮੈਨੂੰ ਲੱਗਦਾ ਆਪਾਂ ਪਰੌਂਠੇ ਖਾ ਖਾ ਕੇ ਮੈਂ ਚੜ ਗਿਆ ਹਾਂ ਜੀ ਤੋਂ ਮਿੱਤਰੋ ਸਵੇਰ ਦੇ ਵੱਜ ਚੁੱਕੇ ਨੇ 7 ਤੇ 7 ਵੱਜ ਗਏ ਕਹਿੰਦਾ ਇਧਰ ਤਾਰਾ ਜੀ ਨੂੰ ਨੀਂਦ ਆ ਚੁੱਕੀ ਆ ਤੇ ਸਾਰੀ ਰਾਤ ਚੰਡੀਗੜ੍ਹ ਜਾ ਕੇ ਸੌਣਾ ਨਹੀਂ ਤੇ ਨੀਂਦਾਂ ਹੀ ਆਉਣੀਆਂ ਤਾਰਾ ਜੀ ਨੂੰ ਕਹਿੰਦੇ ਡ੍ਰੌਪ ਕਰਨ ਆਏ ਆ ਤਾਰੇ ਦੇ ਘਰੇ ਤੇ ਆਪਦਾ ਲਗੇਜ ਕੱਢ ਲਓ ਤੁਸੀਂ ਤੇ ਘਰੇ ਜਾ ਕੇ ਆਉਣੀਆਂ ਕੱਢ ਲਿਆ ਨਹੀਂ ਆ ਗਿਆ ਚੰਗਾ ਤੇਰਾ ਸਵਾਗਤ ਕਰਨਾ ਸੀਗਾ ਹੈ ਰਾਣਾ ਵਾਲੀ ਸਵਾਗਤ ਕਰਨਾ ਸੀ ਤੇ ਮੈਂ ਇਹਦਾ ਕਿਹਾ ਬੈਂਡ ਬਾਜਾਂ ਵਾਲੇ ਤੇ ਬੈਂਡ ਬਾਜਾਂ ਵਾਲੇ ਸੱਦੇ ਹੋਣੇ ਤੇ ਰਿਵਰ ਉੱਪਰ ਲੈ ਕੇ ਖੜੇ ਹੋ ਅੰਦਰ ਵਾੜ ਕੇ ਕੁੱਟਣਾ ਦੋਵਾਂ ਨੇ ਮੈਨੂੰ ਤਾਂ ਚੱਲ ਆਂਦੇ ਸੀ ਤੂੰ ਘਰੇ ਰਹਿ ਤੇ ਬੇਬੇ ਨੂੰ ਨਾ ਤੂੰ ਲੈ ਕੇ ਗਿਆ ਹੈ ਬਾਹਰ ਲਾ ਉਹ ਡੰਡਾ ਤਿਆਰ ਹੀ ਆ ਤੇਰਾ ਕੋਈ ਪਹਿਲਾਂ ਹੀ ਮੂੰਹ ਬਣੇ ਹੋਏ ਇੱਧਰ ਤੇ ਪਤਾ ਨਹੀਂ ਕੀ ਗੱਲ ਹੈ ਥੱਲੇ ਉਤਰ ਗਿਆ ਕੀ ਕੀ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਤਾਂ ਰੋਜ਼ ਤੇਰੇ ਦੇ ਦੋ ਦਿਨਾਂ ਦਾ ਇਕਰਾਰ ਕਰਕੇ 4 ਤੇ 5 ਦਿਨ ਹੋ ਗਏ ਤੈਨੂੰ ਆਏ ਗਏ ਨੂੰ ਮੈਂ ਡੰਡਾ ਮਾਰ ਜੋਰ ਦੀ ਇਹਦੇ ਬੰਦਾ ਮਿਲਦਾ ਕੀ ਹਾਂ ਪਤ ਇੰਨੀ ਦੂਰੋਂ ਆਇਆ ਦਾ ਕੀ ਖਾਂ ਕੀ ਕਰ ਗਿਆ ਇੰਨੀ ਦੂਰੋਂ ਆਇਆ ਨੂੰ ਨਹੀਂ ਇੱਕ ਦਿਨ ਦਾ ਕਹਿ ਕੇ ਤੂੰ ਤੀਜਾ ਚੌਥਾ ਦਿਨ ਹੋ ਗਿਆ ਤੂੰ ਟਾਈਮ ਲੱਗ ਜਾਂਦਾ ਹੁਣ ਉੱਥੇ ਵੀ ਲੱਗ ਜਾਂਦਾ ਸਾਡਾ ਤਾਂ ਟਾਈਮ ਲੱਗਦਾ ਨਹੀਂਗਾ ਬਹਿ ਜਾਂਦਾ ਉੱਥੇ ਜਾ ਕੇ ਗੱਡੀ ਲੈ ਕੇ ਕੱਤੇ ਵੜਦਾ ਮੁੜ ਕੇ ਪਤਾ ਨਾ ਲੈਂਦਾ ਘਰ ਦਾ ਸਾਰਾ ਰੋਜ਼ ਮੇਰੇ ਨਾਲ ਲੜਦਾ ਮੈਨੂੰ ਕੋਈ ਬੁਲਾਵੇ ਨਾ ਅਸੀਂ ਕੀ ਕਰੀਏ ਜੇ ਨਾ ਬੁਲਾਵੇ ਮੰਮੀ ਨੂੰ ਬੁਲਾ ਲਿਆ ਕਰੋ ਤੁਸੀਂ ਬੁਲਾ ਲਿਆ ਕਰੋ ਮੰਮੀ ਕਿ ਮੰਮੀ ਵੀ ਨਹੀਂ ਬੁਲਾਉਂਦੀ ਕੋਈ ਵੀ ਨਹੀਂ ਬੁਲਾਉਂਦਾ ਕੋਈ ਨਹੀਂ ਸਾਥ ਦਿੰਦਾ ਉਦੋਂ ਬੰਦ ਸਤਿ ਸ੍ਰੀ ਅਕਾਲ ਤੇ ਬੁਲਾ ਲਵੇ ਬੇਬੇ ਚੰਗੇ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਦੀ ਤੇਰੇ ਵਰਗੇ ਲੱਖਾਂ ਨੂੰ ਨਹੀਂ ਸਤਿ ਸ੍ਰੀ ਅਕਾਲ ਬੁਲਾਈ ਦੀ ਲੈ ਕੁੱਤਾ ਤਾਂ ਉਦੋਂ ਤੇਲ ਚੋਣ ਲਾ ਪਿਆ ਉਧਰ ਵੇਖਾ ਚੋਦੇ ਲੈ ਅਗਲੇ ਟਾਈਮ ਨਾਲ ਵੀ ਦੇ ਚੋਦੇ ਡਾਲਰ ਆ ਕੋਈ ਹਾਲ ਨਹੀਂ ਤੇਰਾ ਇਧਰ ਦੇ ਸਵਾਗਤ ਹੋ ਗਿਆ ਮੇਰਾ ਤੇ ਰਾਤੀ ਮੈਨੂੰ ਸੁਪਨਾ ਮਾੜਾ ਆਇਆ ਹਾਂ ਝੋਟਾ ਜਮਾ ਵਿੱਚ ਫਿਰਦਾ ਅੱਛਾ ਨਾ ਉਹ ਕਿਸੇ ਤੋਂ ਮੋੜਿਆ ਮੁੜਦਾ ਨਾ ਉਹ ਕਿਸੇ ਤੋਂ ਡਰਦਾ
ਰੱਖ ਲੈ ਨੀ ਕੁੜੀ ਕੋ ਜੀ ਨਹੀਂ ਜਾਣ ਨੂੰ ਕਰਦਾ ਚਲੋ ਰੱਖ ਲੈਨੇ ਤੁਸੀਂ ਕੱਢ ਲਾ ਤਾਰੇ ਨੂੰ ਲਾ ਲੈਂਦਾ ਉਹਨੇ ਤਾਂ ਤੇਰੇ ਨਾਲ ਚੜ ਚੜ ਕਰ ਉਹਨੂੰ ਕਿੱਥੇ ਛੱਡਿਆ ਉਹ ਟਾਈਮ ਨਾਲ ਉਹਨੂੰ ਮੈਂ ਕਿਹਾ ਮੈਂ ਮੇਰੇ ਨਾਲ ਵਿਖਾ ਕੇ ਜਾ ਮੈਂ ਵੰਡ ਕੇ ਗਾਲਾ ਖਾਵਾਂਗੇ ਆਪਾਂ ਤੇ ਭੱਜ ਗਿਆ ਆਪਦੇ ਘਰੇ ਮਿਲਕ ਲੈਓ ਨਾਲ ਹਲਕਾ ਹਲਕਾ ਜਾ ਫਰੂਟ ਲੈਓ ਆਇਆ ਨਾ ਵਿਚਾਰਾ ਉੱਥੇ ਕਮਾਤਰਾ ਕਰਕੇ ਕੀ ਕਰਕੇ ਕਮਾਤਰਾ ਬੇਬੇ ਸਹੀ ਗੱਲ ਆ ਸੀਰੀਅਸਲੀ ਗੁੱਸਾ ਬਹੁਤ ਸੀਗਾ ਸੀਰੀਅਸਲੀ ਬਾਲਾ ਨੀ ਤੇ ਸੀਰੀਅਸਲੀ ਘਰ ਦੇ ਸੌਖੇ ਜਾਣ ਦੇ ਦਿੰਦੇ ਹੋਣੇ ਆ ਕੋਈ ਸੌਖੇ ਨੀ ਜਾਣ ਦਿੰਦੇ ਆ ਤੁਹਾਡੇ ਸਾਹਮਣੇ ਆ ਬੇਬੇ ਤੇਰਾ ਪੁੱਤ ਮੋਰਚੇ ਤੇ ਵੀ ਹੋ ਕੇ ਆਇਆ ਬਸ ਉੱਥੇ ਹਾਜ਼ਰੀ ਲਵਾ ਕੇ ਆਏ ਆਪਾਂ ਹਾਂ ਫੇਰ ਜਾਵਾਂਗੇ ਚੰਡੀਗੜ੍ਹ ਜਾਵਾਂਗੇ ਹੁਣ ਤਾਂ ਤੈਨੂੰ ਕੱਲਾਂਗੇ ਹਾਰ ਪਾ ਕੇ ਚੰਡੀਗੜ੍ਹ ਕੱਲਣਾ ਕਿਉਂ ਨਹੀਂ ਹੁਣ ਨਹੀਂ ਚੰਡੀਗੜ੍ਹ ਕੱਲਿਆ ਕਾ ਤੂੰ ਇੰਨਾ ਕਾ ਤੋਂ ਲੱਗਦੇ ਤੁਸੀਂ ਚੰਡੀਗੜ੍ਹ ਤੋਂ ਨਹੀਂ ਜਾਣ ਨਾ ਤੈਨੂੰ ਚੰਡੀਗੜ੍ਹ ਜਾਣ ਦੇਵਾਂ ਤੇ ਨਾ ਤੈਨੂੰ ਮੈਂ ਫੋਨ ਬਾਹਲਾ ਚਲਾਉਣ ਦੇਵਾਂ ਠੀਕ ਆ ਹਾਂ ਡੈਡੀ ਏਅਰ ਬੈਗ ਵੇਖੋ ਕਿੰਨਾ ਵਧਦਾ ਜਾਂਦਾ ਜੀ ਲੈ ਸਾਰ ਹੋ ਗਿਆ ਹੁਣ ਛੱਡਿਓ ਢਿੱਲਾ ਛੱਡਿਓ ਆਹ ਚਲੋ ਮਾਮਾ ਬੈਠੋ ਚਲੋ ਚਲੋ ਮੈਂ ਖੋਲਦਾ ਬੈਠੋ ਬੇਬੇ ਆਰ ਯੂ ਰੈਡੀ ਚੱਲੀਏ ਚੱਲ ਆ ਜਾ ਚਲੋ ਬੇਬੇ ਹਾਂ ਅੱਜ ਤੋਂ ਬਾਅਦ ਆਪਾਂ ਇੰਗਲਿਸ਼ ਚ ਗੱਲ ਕਰਿਆ ਕਰਨੀ ਜੋ ਮਰਜ਼ੀ ਹੋ ਜੇ ਠੀਕ ਆ ਓਕੇ ਯੈਸ ਹਾਵ ਆਰ ਯੂ ਗੁੱਡ ਯੈਸ ਵੈਰੀ ਗੁੱਡ ਬੇਬੇ ਹਾਵ ਆਰ ਯੂ ਵੈਰੀ ਗੁੱਡ ਯੈਸ ਬਟ ਨਾਓ ਵੀ ਆਰ ਟਾਕਿੰਗ ਇਨ ਇੰਗਲਿਸ਼ ਐਂਡ ਯੈਸ ਨਾਈਸ ਓਹ ਐਕਸੀਲੈਂਟ ਬੇਬੇ ਐਕਸੀਲੈਂਟ ਮੈਂ ਬਜਾਏ ਉਦੋਂ ਕਰਨਾ ਜਦੋਂ ਤੁਸੀਂ ਸਾਰੇ ਜਾਣੇ ਸੁਆਈਆਂ ਕਰੋਗੇ ਪਤਾ ਨੀ ਮੇਰੀ ਗੱਲ ਹੀ ਨੀ ਮੰਨਦੇ ਬੜੇ ਧੰਨ ਭਾਗ ਆ ਤੇਰੇ ਪੁੱਤ ਧੰਨ ਭਾਗ ਆ ਤੂੰ ਕਰੇ ਆ ਉਹਨਾਂ ਰੌਣਕ ਲੱਗ ਜਾਂਦੀ ਜਦੋਂ ਘਰੇ ਨੀ ਹੁੰਦਾ ਘਰ ਸੁਣਾ ਸੁਣਾ ਜਾਪਦਾ ਕਿਵੇਂ ਤੂੰ ਪੈਸੇ ਤਾਂ ਲਾਈ ਜਾਂਦਾ ਤੇ ਭੋਰਾ ਭੋਰਾ ਛਿਰਤਾਂ ਨਹੀਂ ਚੱਕ ਲਿਆ ਚੱਜ ਦਾ ਸਪੀਕਰ ਵਾਲਾ ਲੈ ਲਿਆ ਕਰਕੇ ਤੂੰ ਫੋਨ ਆਵੇ ਕਿਹੜੇ ਕਿਹੜੇ ਡੀਫਰ ਦੇ ਫੋਨ ਲੋ ਬੇਬੇ 1.5 ਲੱਖ ਦਾ ਮੇਰਾ ਫੋਨ ਆ ਜਿਹਨੇ ਤੂੰ ਛਿਲਤਾ ਆ ਦੱਸੀ ਜਾਨੀ ਆ ਵੱਡੇ ਸਪੀਕਰ ਚਾਈਨਾ ਮੇਡ ਹੁੰਦੇ ਆ ਇਹ ਆਈਫੋਨ ਆ ਲਓ ਵੀ ਸਾਡੇ ਐਨਕ ਬਾਬੂ ਜੀ ਚੰਡੀਗੜ੍ਹੋਂ ਆ ਚੁੱਕੇ ਆ ਘਰੇ ਗਾਲਾਂ ਗੂਲਾਂ ਖਾ ਕੇ ਤੇ ਬਹਿ ਗਏ ਆ ਟੌਰ ਨਾਲ ਪਰ ਗਾਲਾਂ ਪੈਂਦੀਆਂ ਆਪਾਂ ਫੀਲ ਨਹੀਂ ਕਰੀਦਾ ਇਹ ਸਾਡਾ ਸਮਝ ਆ ਕੇ ਚੱਲਦਾ ਹੀ ਰਹਿੰਦਾ ਸੋ ਇਸ ਚੀਜ਼ ਨੂੰ ਤੁਸੀਂ ਸੀਰੀਅਸ ਨਾ ਹੀ ਲਿਆ ਕਰੋ ਤੇ ਚੰਗੀ ਗੱਲ ਆ ਮੂੰਹ ਨਹੀਂ ਬਣਾਉਣਾ ਇੱਦਾਂ ਦਾ ਮੈਂ ਕਹਿੰਦਾ ਹੁਣ ਸਮਾਪਤੀ ਕਰ ਦੇਣੀ ਚਾਹੀਦੀ ਆ ਸੋ ਮੈਨੂੰ ਪਤਾ ਤੁਸੀਂ ਸਾਰਾ ਵਲੌਗ ਵੇਖ ਲੈਂਦੇ ਆ ਤੁਸੀਂ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਬਹੁਤ ਮਾੜੀ ਗੱਲ ਆ ਇਹ ਤੁਹਾਡੇ ਲਈ ਚੰਗੀਆਂ ਗੱਲਾਂ ਨਹੀਂ ਗੀਆਂ ਸਾਰੇ ਜਾਣੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਪੁਰਾਣੇ ਵਲੌਗ ਵੀ ਵੇਖੋ ਅਤੇ ਨਵੇਂ ਵੀ ਵੇਖੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ 3-4 ਕਿ ਵਲੌਗ ਕਿੱਦਾਂ ਲੱਗਦੇ ਆ ਸੋ ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸਿਆ ਕਰੋ ਜੇ ਵਧੀਆ ਲੱਗਦਾ ਤਾਂ ਫਿਰ ਐਪਰੀਸ਼ੀਏਟ ਵੀ ਜ਼ਰੂਰ ਕਰਿਆ ਕਰੋ ਕਿ ਵੀਰੇ ਆਹ ਚੀਜ਼ ਬਹੁਤ ਵਧੀਆ ਲੱਗਦੀ ਆ ਸੋ ਇੱਥੇ ਕਰਦੇ ਵਲੌਗ ਦੀ ਸਮਾਪਤੀ ਥੈਂਕ ਯੂ ਸੋ ਮਚ ਫੋਰ ਵਾਚਿੰਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਿਹੜਾ ਕੁਝ ਹੁੰਦਾ ਸਾਰਾ ਕੁਝ ਕਰ ਦਿਓ ਓਕੇ ਬਾਏ ਲਵ ਯੂ ਡੈਡੀ ਜੀ ਲਵ ਯੂ ਟੂ ਓਕੇ ਸਤਿ ਸ਼੍ਰੀ ਅਕਾਲ